ਅਗਰ ਵਿਦਾਸੀਏ ਵੇ ਅਗਰ ਵਿਦਾਸੀਏ ਸਾਰੀ ਦੁਨੀਆ ਦੇ ਉੱਤੇ ਸ਼ਗਰ ਵਿਦਾਸੀਏ ਓ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਪਾ ਸਾਥੀਓ ਮੈਂ ਮਲਕੀਤ ਬਵੇਲੀ ਤੁਸੀਂ ਦੇਖ ਰਹੇ ਹੋ ਖੁਸ਼ੀ ਟੀਵੀ ਇਟਲੀ ਖੁਸ਼ੀ ਟੀਵੀ ਇਟਲੀ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਤਾਂ ਕਿ ਰਹਿਬਰਾਂ ਦਾ ਮਿਸ਼ਨ ਆਪਾਂ ਜਨ ਜਨ ਤੱਕ ਪਹੁੰਚਾ ਸਕੀਏ ਜੈ ਗੁਰਦੇਵ ਧੰਨ ਗੁਰਦੇਵ ਰਵਿਦਾਸ ਸ਼ਕਤੀ ਅਮਰ ਹੈ ਰਵਿਦਾਸ ਸ਼ਕਤੀ ਅਮਰ ਹੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਮੈਂ ਜੋਰਾ ਸਿੰਘ ਚੀਮਾ ਪ੍ਰਧਾਨ ਬਹੁਜਨ ਸਮਾਜ ਟ੍ਰੇਡ ਯੂਨੀਅਨ ਪੰਜਾਬ ਅਤੇ ਇੰਟਰਨੈਸ਼ਨਲ ਸ਼ਹੀਦ ਸਿੰਘ ਸਮਾਜ ਭਲਾਈ ਟਰੱਸਟ ਮੋਬਾਈਲ ਨੰਬਰ 9317747840 ਮੈਂ ਸਭ ਤੋਂ ਪਹਿਲਾਂ ਸ੍ਰੀ ਵਿਕਾਸ ਜੀ ਰਵਿਦਾਸੀਆ ਸ੍ਰੀ ਖੁਸ਼ੀ ਖੁਸ਼ੀ ਰਾਮ ਜੀ ਜੋ ਖੁਸ਼ੀ ਟੀਵੀ ਇਟਲੀ ਤੋਂ ਚਲਾ ਰਹੇ ਹਨ ਇਹਨਾਂ ਦੀ ਬਦੌਲਤ ਦੇਸ਼ ਵਿਦੇਸ਼ ਦੇ ਵਿੱਚ ਜੋ ਸਤਿਗੁਰੂ ਰਵਿਦਾਸ ਮਹਾਰਾਜ ਸ਼ਕਤੀ ਦੇ ਪੈਰੋਕਾਰ ਹਨ ਉਹਨਾਂ ਦੀ ਹਰ ਮੂਵਮੈਂਟ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਾਉਂਦੇ ਹਨ ਇਸ ਕਰਕੇ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਤਿਕਾਰਯੋਗ ਸਾਥੀਓ ਸਤਿਗੁਰੂ ਰਵਿਦਾਸ ਮਹਾਰਾਜ ਦੇ ਲਾਏ ਹੋਏ ਬੂਟੇ ਨੂੰ ਜੋ ਮਨੁਵਾਦ ਤਾਕਤਾਂ ਉਹਨਾਂ ਨੂੰ ਪੱਟ ਰਹੀਆਂ ਨੇ ਉਹਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਜਿਵੇਂ ਮਨੁਵਾਦੀ ਦਾ ਇੱਕ ਸਿਸਟਮ ਹੈ ਵੀ ਜਿਸ ਚੀਜ਼ ਨੂੰ ਜਿਸ ਕੌਮ ਨੂੰ ਖਤਮ ਕਰਨਾ ਹੈ ਉਹਦਾ ਇਤਿਹਾਸ ਖਤਮ ਕਰ ਦਿਓ ਇਸੇ ਤਰ੍ਹਾਂ ਕੜੀ ਦੇ ਤਹਿਤ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਹਨ ਉਹਨਾਂ ਨੂੰ ਢਹਿ ਢੇਰੀ ਕਰ ਰਹੇ ਹਨ ਦੁਨੀਆਂ ਦੇ ਵਿੱਚ ਭਾਰਤ ਦੇ ਵਿੱਚ ਹੋਰ ਵੀ ਬਹੁਤ ਸਾਰੇ ਮੰਦਰ ਹਨ ਉਹ ਉਹਨਾਂ ਨੂੰ ਦੁੱਖ ਨਹੀਂ ਕਰਦੇ ਸਿਰਫ ਸਤਿਗੁਰੂ ਰਵਿਦਾਸ ਮਹਾਰਾਜ ਦੇ ਮੰਦਰਾਂ ਨੂੰ ਹੀ ਇਹ ਨਿਸ਼ਾਨਾ ਬਣਾਉਂਦੇ ਹਨ ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਦੀ ਇੱਕ ਸ਼ਕਤੀ ਇਹੋ ਜਿਹੀ ਹੈ ਜੋ ਰਵਿਦਾਸੀਆ ਕੌਮ ਦੇ ਵਿੱਚ ਭਰੀ ਹੈ ਉਹ ਮਨੁਵਾਦ ਦੀ ਹਰ ਚਾਲ ਫੇਰ ਕਰਨ ਦੇ ਵਿੱਚ ਸਹਾਈ ਹੁੰਦੀ ਹੈ ਉਸੇ ਤੜੀ ਦੇ ਤਹਿਤ ਪਹਿਲਾਂ ਇਹ ਮਨੁਵਾਦ ਨੇ ਸਾਡੇ ਵਿੱਚੋਂ ਹੀ ਕੁਛ ਬੰਦਿਆਂ ਨੂੰ ਖਰੀਦ ਕੇ ਜੋ ਇਹ ਮੰਦਰ ਦੀ ਕਮੇਟੀ ਸੀ ਤੁਕਲਾਬਾਦ ਮੰਦਰ ਨੂੰ ਨੁਕਸਾਨ ਪਹੁੰਚਾਇਆ ਉਸ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਵਿੱਚ ਜੋ ਸਤਿਗੁਰੂ ਰਵਿਦਾਸ ਮਹਾਰਾਜ ਦਾ ਮੰਦਰ ਹੈ ਉਹਨੂੰ ਅਦਾਲਤ ਰਾਹੀਂ ਅਦਾਲਤ ਨੂੰ ਵਰਤ ਕੇ ਉਹਨਾਂ ਤੋਂ ਢਾਉਣ ਦੇ ਹੁਕਮ ਜਾਰੀ ਕਰਵਾਏ ਹਨ ਉਸ ਹੁਕਮਾਂ ਨੂੰ ਰੋਕਣ ਦੇ ਵਾਸਤੇ ਕੱਲ੍ਹ ਨੂੰ ਮੋਹਾਲੀ ਦੇ ਵਿੱਚ ਵਿਕਾਸ ਨਗਰ ਦੇ ਵਿੱਚ ਇਕੱਠ ਹੋ ਰਿਹਾ ਹੈ ਸੰਤ ਕੁਲਵੰਤ ਰਾਮ ਜੀ ਭਰੋ ਮੁਜਾਰਾ ਦੀ ਅਗਵਾਈ ਦੇ ਵਿੱਚ ਸੰਤ ਸਮਾਜ ਅਤੇ ਸਿਆਸੀ ਤੇ ਧਾਰਮਿਕ ਗੁਰੂ ਰਵਿਦਾਸ ਲੇਵਾ ਸੰਗਤਾਂ ਉੱਥੇ ਇਕੱਠੀਆਂ ਹੋ ਰਹੀਆਂ ਹਨ ਮੈਂ ਖੁਸ਼ੀ ਟੀਵੀ ਦੇ ਰਾਹੀਂ ਆਪ ਸਾਰੀ ਸੰਗਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਜੋ ਸੰਗਤਾਂ ਬੈਠੀਆਂ ਹਨ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਕੱਲ੍ਹ ਨੂੰ 10 ਵਜੇ ਵਿਕਾਸ ਨਗਰ ਮੋਹਾਲੀ ਦੇ ਵਿੱਚ ਪਹੁੰਚੋ ਤਾਂ ਕਿ ਅਸੀਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਦੇ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਇਹ ਚਾਲ ਮਨੁਵਾਦ ਦੀ ਚਾਲ ਹੈ ਉਹਨੂੰ ਫੇਰ ਕਰ ਸਕੀਏ ਅਗਰ ਮਨੁਵਾਦ ਇਸ ਆਪਣੀ ਹਰਕਤ ਤੋਂ ਬਾਜ ਨਾ ਆਇਆ ਤਾਂ ਉਹਨੂੰ ਇੱਟ ਦਾ ਜਵਾਬ ਪੱਥਰ ਦੇਵਾਂਗੇ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਜੈ ਭੀਮ ਜੈ ਭਾਰਤ ਅਗਰ ਵਿਦਾਸੀਏ ਵੇ ਅਗਰ ਵਿਦਾਸੀਏ
ਸਾਰੀ ਦੁਨੀਆ ਦੇ ਉੱਤੇ ਸ਼ਗਨ ਵਿਦਾਸੀਏ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਪਾਤ ਸਾਥੀਓ ਮੈਂ ਮਲਕੀਤ ਬਵੇਲੀ ਤੁਸੀਂ ਦੇਖ ਰਹੇ ਹੋ ਖੁਸ਼ੀ ਟੀਵੀ ਇਟਲੀ ਖੁਸ਼ੀ ਟੀਵੀ ਇਟਲੀ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਤਾਂ ਕਿ ਰਹਿਬਰਾਂ ਦਾ ਮਿਸ਼ਨ ਆਪਾਂ ਜਨ ਜਨ ਤੱਕ ਪਹੁੰਚਾ ਸਕੀਏ ਜੈ ਗੁਰਦੇਵ ਧੰਨ ਗੁਰਦੇਵ